रणजीत बावा खिलाफ परचा दर्ज करवाने वाले वकील खिलाफ कार्रवाई करने की कीती मांग। गायक रणजीत बावा ते मामला दर्ज करवाने वाले वकील वालों एक इंटरव्यू दौरान डॉक्टरों का अपमान करने वाले अशोक सुनील, रणजीत बावे का मूँह काला करने का बयान देने वाले राजीव टंडन, डॉक्टर गुरप्रताप सिंह द्वारा थाना निहाल सिंह वाला विखे अशोक सुनील हिक्की खिलाफ दी दरखास्त से कार्रवाई करवाने संबंधी वख-वख जथेबंदियों की मोगा विखे मीटिंग हुई। मीटिंग च फैसले की जानकारी दिंदिया किरती किसान यूनियन के सूबा प्रधान निरभय सिंह टुंडीके, लोग संग्राम मंच के आगू तारा सिंह ने दस्सिया कि पुलिस प्रशासन की ढिली कारगुजारी के खिलाफ जथेबंदियों का वफद DSP निहाल सिंह वाला मिल के अशोक सरीन खिलाफ दी दरखास्त से कार्रवाई की मांग करेगी। जथेबंदी वालों प्रशासन एक हफ्ते का अल्टीमेटम दिता गया है कि जेकर अशोक सरीन के खिलाफ परचा दर्ज न किया तो थाना निहाल सिंह वाला का घराव किया जाएगा। ਪੰਜਾਬ ਗਲੋਬਲ ਮੋਗਾ ਤੋਂ ਮਜੀਦ ਬਾਬਲੀ ਦੇ ਨਾਲ ਜੁਗਿੰਦਰ ਸਿੰਘ ਦੀ ਰਿਪੋਰਟ। ਅੱਜ ਮੋਗੇ ਦੇ ਵਿੱਚ ਅਲੱਗ ਅਲੱਗ ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗ ਕੀਤੀ ਆ। ਜਿਹੜਾ ਵੀਰ ਸਿੰਘ ਦਾ ਲਿਖਿਆ ਗੀਤ ਮੇਰਾ ਕੀ ਕਸੂਰ ਗਾਇਆ ਗਿਆ ਹੈ, ਉਸ ਕਲਾਕਾਰ ਦੇ ਖਿਲਾਫ ਜਿਹੜਾ ਪਰਚਾ ਕਰਾਇਆ ਉਹਦੀ ਨਿੰਦਿਆ ਕੀਤੀ ਆ। ਇਸ ਤੋਂ ਇਲਾਵਾ ਜਿਹੜਾ BJP ਦਾ ਜਲੰਧਰ ਵਾਲਾ ਲੀਡਰ ਅਸ਼ੋਕ, उन्हें डॉक्टरों के खिलाफ जो शब्दावली बोली है कि उन्हों का कोई रोल नहीं, ये पूजा के नाल भगती के नाल ही सारा कुछ ठीक हो रहा, वह भी वह ठीक नहीं है। उन्हें जरा डॉक्टरों के खिलाफ इन्ना कुछ बोलिया वो भी परचा होना चाहिए। सो जड़ा इना वहमां भरमां के खिलाफ, रीतां रिवाजां के खिलाफ, पूजा पाठ जरा मूर्ति पूजा के खिलाफ साढ़े गुरु ग्रंथ साहब के विच भी बहुत है कि वह ਲੋਕਾਂ ਨੂੰ BJP RSS ਜਿਹੜੇ ਭਗਤ ਨੇ ਕਿ ਲੋਕਾਂ ਨੂੰ ਉਹ ਬਾਬੇ ਨਾਨਕ ਦੀ ਬਾਣੀ ਵੀ ਨਹੀਂ ਪੜ੍ਹਨ ਦੇਣਗੇ, ਜਿਹੜਾ ਕਿ ਇਹਨਾਂ ਕੁਰੀਤੀਆਂ ਦੇ ਖਿਲਾਫ਼, ਪੂਜਾ ਪਾਠ ਦੇ ਖਿਲਾਫ਼, ਮੂਰਤੀ ਪੂਜਾ ਦੇ ਖਿਲਾਫ਼ ਬਹੁਤ ਕੁਛ ਹੈ। ਸੋ ਇਹ ਜਿਹੜਾ ਇਹਨਾਂ ਨੇ ਕਦਮ ਚੁੱਕਿਆ ਇਹ ਪੂਰਾ ਇੱਕ ਫਾਸ਼ੀ ਹਮਲੇ ਦਾ ਇੱਕ ਪਾਰਟ ਹੈ। ਸੋ ਅਸੀਂ ਮੰਗ ਕਰਦੇ ਹਾਂ ਕਿ ਉਹ BJP ਦੇ ਆਗੂ 'ਤੇ ਵੀ ਪਰਚਾ ਹੋਣਾ ਚਾਹੀਦਾ ਅਤੇ ਜਿਹੜਾ ਗੀਤਕਾਰ 'ਤੇ ਪਰਚਾ ਉਹਨਾਂ ਨੇ ਦਰਜ ਕੀਤਾ ਉਹ ਰੱਦ ਹੋਣਾ ਚਾਹੀਦਾ। ਅੱਜ ਅਸੀਂ ਵੱਖ ਵੱਖ ਜਥੇਬੰਦੀਆਂ ਨੇ ਮੀਟਿੰਗ ਕੀਤੀ ਹੈ। ਮੀਟਿੰਗ ਕਰਕੇ ਜਿਹੜਾ ਰਣਜੀਤ ਬਾਵਾ ਦਾ ਗਾਇਆ ਵਾ ਗੀ ਮੇਰਾ ਕੀ ਕਸੂਰ ਹੈ ਅਤੇ ਵੀਰ ਸਿੰਘ ਦਾ ਲਿਖਿਆ ਵਾ ਉਹ, ਅਸੀਂ ਸਮਝਦੇ ਹਾਂ ਉਹ ਬਿਲਕੁਲ ਠੀਕ ਗੀਤ ਹੈ ਅਤੇ ਜਿਹੜਾ ਉਹਦੇ 'ਤੇ ਆਪਣੇ ਜਲੰਧਰ ਦੇ ਇੱਕ ਵਕੀਲ ਨੇ ਉਹਦੇ 'ਤੇ ਆਪਣਾ ਕਿਰਾਇਆ ਵਾ ਹੈਗਾ ਪਰਚਾ, ਅਸੀਂ ਸਮਝਦੇ ਉਹ ਪਰਚਾ ਰੱਦ ਹੋਣਾ ਚਾਹੀਦਾ ਅਤੇ ਉਹਦੇ 'ਤੇ ਸਗੋਂ ਜਿਹੜਾ ਉਹਨੇ ਡਾਕਟਰਾਂ ਬਾਰੇ ਅਤੇ ਹੋਰ ਜਿਹੜੇ ਅੱਜ ਲੋਕ ਆਪਣੇ ਲੋਕਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਉਹਨਾਂ ਦੇ ਖਿਲਾਫ਼ ਉਹਨੇ ਬਹੁਤ ਸਾਰਾ ਗਲਤ ਗੱਲਾਂ ਕਹੀਆਂ, ਜਿਹੜੀਆਂ ਉਹਨੇ ਕਿਹਾ ਵੀ ਡਾਕਟਰਾਂ ਦਾ ਕੋਈ ਰੋਲ ਨਹੀਂ ਹੈ, ਡਾਕਟਰਾਂ ਦਾ ਲੋਕਾਂ ਨੂੰ ਬਚਾਉਣ ਦੇ ਵਿੱਚ ਕੋਈ ਰੋਲ ਨਹੀਂ ਹੈ। ਅਸੀਂ ਸਮਝਦੇ ਬਹੁਤ ਮਾੜੀ ਗੱਲ ਹੈ, ਇਹਦੇ 'ਤੇ ਪਰਚਾ ਦਰਜ ਹੋਣਾ ਚਾਹੀਦਾ ਇਸ ਗੱਲ ਦਾ। ਅੱਜ ਜਿਹੜਾ ਉਹਨੇ ਡਾਕਟਰਾਂ ਦਾ ਮਨੋਬਲ ਤੋੜਿਆ, ਮਨੋਬਲ ਤੋੜ ਰਿਹਾ ਉਹ, ਅਤੇ ਉਹਦੇ 'ਤੇ ਪਰਚਾ ਦਰਜ ਹੋਣਾ ਚਾਹੀਦਾ। ਦਿੱਲੀ ਜਲੰਧਰ ਤੋਂ ਇੱਕ ਭਾਜਪਾ ਦਾ ਲੀਡਰ ਜਿਹੜਾ ਵਕੀਲ ਵੀ ਅਸ਼ੋਕ ਸਰੀਨ ਹਿੱਕੀ, ਉਹਨੇ ਗੀਤਕਾਰ ਅਤੇ ਗਾਇਕ ਰਣਜੀਤ ਬਾਵਾ ਵੀਰ ਸਿੰਘ ਦੇ ਖਿਲਾਫ਼ ਝੂਠਾ ਮੁਕੱਦਮਾ ਦਰਜ ਕਰਵਾਇਆ, ਅੱਜ ਉਹਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ। ਅਤੇ ਦੂਜਾ ਜਿਹੜਾ ਉਹ ਆਪਦੀ ਇੰਟਰਵਿਊ ਦੇ ਦੌਰਾਨ ਡਾਕਟਰਾਂ ਅਤੇ ਸਾਇੰਸਦਾਨਾਂ ਬਾਰੇ ਬੋਲਿਆ ਕਿ ਕੋਰੋਨਾ ਮਹਾਂਮਾਰੀ ਨਾਲ ਲੜਦੇ ਡਾਕਟਰ ਅਤੇ ਸਾਇੰਸਦਾਨ ਤਾਂ ਫੇਲ ਹੀ ਹੋ ਗਏ, ਖਤਮ ਹੀ ਹੋ ਗਏ, ਇਹਦੀ ਨਿੰਦਿਆ ਕੀਤੀ ਗਈ ਅਤੇ ਉਹਨਾਂ ਉੱਪਰ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਕਿਉਂਕਿ ਅਸ਼ੋਕ ਸਰੀਨ ਨੇ ਡਾਕਟਰਾਂ ਦਾ, ਸਾਇੰਸਦਾਨਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕੀਤੀ ਹੈ। ਡਾਕਟਰ ਹਰਗੁਰ ਪ੍ਰਤਾਪ ਦੀਪ ਹੋਸਪਿਟਲ ਵਾਲੇ ਉਹਨਾਂ ਨੇ ਵੀ ਇੱਕ ਦਰਖਾਸਤ ਦਿੱਤੀ ਹੈ ਜਿਹਦੇ ਉੱਪਰ ਪ੍ਰਸ਼ਾਸਨ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਕਿ ਮੰਗਲਵਾਰ ਨੂੰ DSP ਨਿਹਾਲ ਸਿੰਘ ਵਾਲ ਨੂੰ ਸਾਰੀਆਂ ਜਥੇਬੰਦੀਆਂ ਦਾ ਇੱਕ ਵਫਦ ਜਿਵੇਂ ਅੱਜ ਮੀਟਿੰਗ ਕੀਤੀ ਹੈ ਇਸੇ ਤਰ੍ਹਾਂ ਹੀ ਮਿਲੇਗਾ। ਅਤੇ ਹਫ਼ਤੇ ਦਾ ਅਸੀਂ ਅਲਟੀਮੇਟਮ ਦਿੱਤਾ, ਜੇ ਪ੍ਰਸ਼ਾਸਨ ਨੇ ਅਸ਼ੋਕ ਸਰੀਨ ਦੇ ਖਿਲਾਫ਼ ਮੁਕੱਦਮਾ ਨਾ ਦਰਜ ਕੀਤਾ ਤਾਂ ਨਿਹਾਲ ਸਿੰਘ ਵਾਲਾ ਥਾਣੇ ਦਾ ਘਿਰਾਓ ਜਿਹੜਾ ਇੱਕ ਹਫ਼ਤੇ ਤੋਂ ਬਾਅਦ ਕੀਤਾ ਜਾਊਗਾ। ਨਾਲ ਹੀ ਅਸੀਂ ਇਹ ਮੰਗ ਕੀਤੀ ਕਿ ਲੁਧਿਆਣੇ ਤੋਂ ਸ਼ਿਵ ਸੈਨਾ ਦੇ ਜਿਹੜੇ ਕੁਛ ਕੁ ਨੇਤਾ ਉਹਨਾਂ ਨੇ ਇਹ ਐਲਾਨ ਕੀਤਾ ਕਿ ਰਣਜੀਤ ਬਾਵਾ ਦਾ ਜਿਹੜਾ ਮੂੰਹ ਕਾਲਾ ਕਰੂਗਾ ਉਹਨੂੰ 1,00,000 ਰੁਪਈਆ ਇਨਾਮ ਦਿੱਤਾ ਜਾਊਗਾ। ਇਸ ਅੱਜ ਮੀਟਿੰਗ ਦੇ ਵਿੱਚ ਇਸ ਬਿਆਨ ਦੀ ਘੋਰ ਨਿੰਦਿਆ ਕੀਤੀ ਗਈ ਅਤੇ ਸ਼ਿਵ ਸੈਨਾ ਦੇ ਰਾਜੀਵ ਟੰਡਨ ਜੀ ਨੇ ਇਹ ਬਿਆਨ ਦਿੱਤਾ ਉਹਦੇ ਖਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗਈ। ਨਾਲ ਹੀ ਔਰੰਗਾਬਾਦ ਦੇ ਵਿੱਚ ਜਿਹੜੇ ਰੇਲ ਗੱਡੀ ਦੇ ਥੱਲੇ ਆ ਕੇ ਮਜ਼ਦੂਰ ਮਾਰੇ ਗਏ ਆ ਉਹਨਾਂ ਦੀ ਮੌਤ 'ਤੇ, ਵਿਸ਼ਾਖਾਪਟਨਮ ਵਿਖੇ ਗੈਸ ਲੀਕ ਹੋਣ ਨਾਲ ਜਿਹੜੇ ਮਜ਼ਦੂਰ ਮਾਰੇ ਗਏ ਆ ਉਹਨਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ
औरंगाबाद विखे मारे गए मजदूरों वास्ते 50-50 लाख रुपये की मांग की गई तो जी कंपनी आ विशाखापट्टनम की कोरिया की वो उपर पाबंदी लाने की मांग की गई। अज की मीटिंग दे विच मोगे जिले दियां वख-वख जथेबंदियां शामिल होईयां। जेकर अशोक सरीन के खिलाफ परचा नहीं दर्ज किया जाता गा तो संघर्ष तेज़ किया जाएगा।